ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ, ਅਤੇ ਮਾਲਕ ਕਿਰਪਾ ਕਰੇ ਸਾਰਿਆਂ ਨੂੰ ਨਾਮ ਦੀਆਂ ਦਾਤਾਂ, ਕਿਰਪਾ ਦੀਆਂ ਦਾਤਾਂ ਸਤਿਗੁਰ ਨਿਵਾਜਣ। ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਹੇਜ਼, ਲੰਡਨ ਜਾ ਰਹੇ ਹਾਂ, ਅਤੇ ਲੰਡਨ ਕੀਰਤਨ ਹੈਗਾ ਜੀ ਕਿਸੇ ਦੇ ਘਰ, ਅਤੇ ਉਸ ਤੋਂ ਬਾਅਦ ਅਸੀਂ ਜਾਣਾ ਜੀ ਸ਼ਾਮੀ ਵੁਲਵਰਹੈਂਪਟਨ। ਅੱਜ ਦੋ ਕੀਰਤਨ ਹੈਗੇ ਆ ਜੀ, ਅਤੇ ਮਾਲਕ ਕਿਰਪਾ ਕਰਨ ਦੋ ਕੀਰਤਨ ਵਿੱਚੋਂ ਜੋ ਜੋ ਅਪਡੇਟਾਂ ਨਿਕਲ ਕੇ ਆਉਣਗੀਆਂ ਸਫ਼ਰ ਦੇ ਵਿੱਚ ਉਹ ਆਪ ਜੀ ਨੂੰ ਦੱਸਦੇ ਜਾਵਾਂਗੇ ਜੀ। ਅਤੇ ਆਓ ਆਪਾਂ ਚੱਲਦੇ ਹਾਂ ਜੀ, ਮਾਲਕ ਕਿਰਪਾ ਕਰੇ। ਅੱਜ ਮੌਸਮ ਜਿਹੜਾ ਹੈਗਾ ਬਹੁਤ ਵਧੀਆ ਨਿਕਲ ਕੇ ਆਇਆ ਜੀ, ਧੁੱਪ ਜਿਹੜੀ ਹੈ ਅੱਛੀ ਖਾਸੀ ਤੁਸੀਂ ਵੇਖ ਸਕਦੇ ਹੋ, ਬੜਾ ਪਿਆਰਾ ਵੈਦਰ ਹੋਇਆ ਪਿਆ। ਸਵੇਰੇ ਸਵੇਰੇ ਹਲਕੀ ਹਲਕੀ ਠੰਡ ਹੁੰਦੀ ਹੈ, ਦੁਪਹਿਰੇ ਹਲਕੀ ਹਲਕੀ ਗਰਮੀ ਹੁੰਦੀ ਹੈ। ਠੀਕ ਹੈ ਮਹਾਰਾਜ, ਆਨੰਦ ਹੈ ਮਹਾਰਾਜ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਗੁਰੂ ਤੇ ਜਾਣੇ। ਚਲੋ ਸਤਨਾਮ 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 ਜੀ, ਵਾਹਿਗੁਰੂ ਵਾਹਿਗੁਰੂ ਜੀ। ਜਪੋ ਸਤਨਾਮ 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 ਜੀ, ਸਤਨਾਮ ਜੀ ਵਾਹਿਗੁਰੂ ਨਾਮ ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ ਸਤਨਾਮ। ਲਓ ਜੀ, ਗਿੰਨੀ ਵੀਰ ਜੀ ਦੇ ਘਰ ਅਸੀਂ ਆਏ ਹਾਂ, ਕੀਰਤਨ ਦੀ ਸਮਾਪਤੀ ਹੋ ਗਈ ਹੈ, ਅਤੇ ਇਹਨਾਂ ਨਾਲ ਹੁਣ ਬੈਠੇ ਹਾਂ, ਪ੍ਰਸ਼ਾਦਾ ਪਾਣੀ ਛੱਕ ਰਹੇ ਹਾਂ। ਬਹੁਤ ਆਨੰਦ ਆ, ਬਹੁਤ ਪਿਆਰ, ਬਹੁਤ ਸਤਿਕਾਰ, ਸਾਰਾ ਪਰਿਵਾਰ ਹਰ ਵਾਰ ਵਾਂਗੂ ਬਹੁਤ ਦਿੰਦਾ। ਅੱਜ ਹਰਜਤ ਸਿੰਘ ਦੀ ਦਸਤਾਰਬੰਦੀ ਵੀ ਸੀਗੀ, ਅਤੇ ਮਾਲਕ ਨੇ ਕਿਰਪਾ ਕੀਤੀ ਹੈ, ਸੋਹਣੀ ਦਸਤਾਰ ਸਜਾਈ ਗਈ ਬੱਚੇ ਦੇ ਸਿਰ 'ਤੇ, ਅਤੇ ਬਸ ਇਸੇ ਤਰ੍ਹਾਂ ਮਾਲਕ ਕਿਰਪਾ ਬਣਾਈ ਰੱਖਣ, ਇਹ ਜਿਹੜੇ ਸਿਰੇ ਸੱਜੇ ਰਹਿਣ ਅਤੇ ਦਸਤਾਰਾਂ ਸੱਜੀਆਂ ਰਹਿਣ, ਸਿੱਖੀ ਕਾਇਮ ਰਹੇ ਬੱਚਿਆਂ ਦੀ ਬਾਹਰਲੇ ਮੁਲਕਾਂ ਦੇ ਵਿੱਚ ਵੀ, ਇਹ ਸਤਿਗੁਰ ਬਖਸ਼ਿਸ਼ ਕਰਨ। ਵੈਸੇ ਤਾਂ ਚੜ੍ਹਦੀ ਕਲਾ 'ਚ ਹੀ ਆ ਪਰਿਵਾਰ, ਮਾਲਕ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹਾਂਜੀ ਗਿੰਨੀ ਜੀ, ਕੁਛ ਕਹਿਣਾ ਚਾਹੋਗੇ? ਬਸ ਤੁਸੀਂ ਇਹ ਦਰਸ਼ਨ ਦਿੱਤੇ, ਕੀਰਤਨ ਕੀਤਾ, ਆਨੰਦ ਆਇਆ, ਸਵਾਦ ਆ ਗਿਆ, ਰਲ ਮਿਲ ਕੇ ਕੀਰਤਨ ਕਹਿੰਦੇ ਨਾ, ਸੰਗਤੀ ਕੀਰਤਨ ਕੀਤਾ। ਬਿਲਕੁਲ ਜੀ, ਓਕੇ ਜਿਵੇਂ ਬੱਚੋ ਕੇ ਦੋਨੋਂ ਮੇ ਤਾਲ ਮਿੱਠਾ ਗੁਲਾਬ ਜਾਮਨਾਂ ਦੀ ਧੱਕੇ ਜਾਈ ਹੋ ਰਹੀ ਹੈ। ਧਨ ਮਿੱਠਾ ਠੀਕ ਹੈ, ਇੱਕ ਮਿੱਠਾ ਕੱਢ ਦੇ ਵਿੱਚ ਬਸ। ਨਹੀਂ ਇਹ ਦੇਖੋ, ਇੱਕ ਤੁਹਾਡਾ ਪਿਆਰ, ਮੇਰਾ ਪਿਆਰ, ਧਨ ਮਿੱਠਾ ਇੱਕ ਇੱਕੋ ਲਿਆਓ ਨਾ ਫਿਰ।
ਇੱਕ ਤੁਸੀਂ ਸ਼ਕ ਕਮੈਂਟ ਕਰਨਾ ਬੈ ਕੇ ਹੋਰ ਛੱਡੋ ਨਹੀਂ ਨਹੀਂ ਬੈ ਚੀਜ਼ ਦੋ ਜ਼ਿਆਦਾ ਹੋ ਜਾਣੀ ਇੱਕ 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 ਤੁਸੀਂ ਪਲੀਜ਼ ਮੇਰੇ ਨਾਲ ਛੱਡੋ ਆਪਾਂ ਨੇ ਲੜੀ ਦਾ ਕਿਸੇ ਨਾਲ ਆਪਾਂ ਚੁੱਪ ਕਰਕੇ ਛੱਕ ਲਈ ਦਾ ਇਹਨਾਂ ਦਾ ਆਈਸਕ੍ਰੀਮ ਦਾ ਕੋਈ ਪਿਆਰ ਹੀ ਨਾ ਬਥੇਰਾ ਆਪਾਂ ਛੱਕ ਰਹੇ ਹਾਂ ਜੀ ਵੀਟਾ ਕੋਕੋ ਇਹ ਹੈ ਜੀ ਕੋਕੋਨਟ ਵਾਟਰ ਵੀਟਾ ਦਾ ਜੋ ਕਿ ਮੈਨੂੰ ਬਹੁਤ ਪਸੰਦ ਆ ਇਹ ਹੈ ਜੀ ਹਰਜਤ ਸਿੰਘ ਇਹ ਅੱਜ ਦੀ ਦਸਤਾਰ ਬੰਦੀ ਹੋਈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜੀ ਦਸਤਾਰ ਸਜਾ ਕੇ ਹੁਣ ਆਪੇ ਬੰਨਿਆ ਕਰੇਗਾ ਆਪੇ ਬੰਨਿਆ ਕਰੇਗਾ ਆਪੇ ਬੰਨਿਆ ਕਰੇਗਾ ਚਲੋ ਜੀ ਚਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਮਿਲਦੇ ਹਾਂ ਖਿਆਲ ਰੱਖੋ ਬਿਲਕੁਲ ਬਿਲਕੁਲ ਦੂਜੇ ਪਾਸੇ ਸੁਭਾਅ ਆ ਪੁਰਾਣੀਆਂ ਪੁਰਾਣੀਆਂ ਗੱਡੀਆਂ ਵੀ ਦੇਖਣ ਨੂੰ ਮਿਲਦੀਆਂ ਇੰਗਲੈਂਡ ਦੇ ਵਿੱਚ ਅਸੀਂ ਹੁਣ ਕਿੱਧਰ ਜਾ ਰਹੇ ਹਾਂ ਜੀ ਆਪਾਂ ਥੋੜ੍ਹਾ ਜਿਹਾ ਰੈਸਟ ਕਰਕੇ ਅਤੇ ਫਿਰ ਆਪਾਂ ਸ਼ਾਮੀ ਵੋਲਵਰਹੈਂਪਟਨ ਜਾਣਾ ਸੈਂਚਰੀ ਸਟਰੀਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਲੰਡਨ ਤੋਂ ਅਸੀਂ ਵਾਪਸ ਆ ਗਏ ਸੀਗੇ ਜੀ ਅਤੇ ਰਸਤੇ ਵਿੱਚ ਥੋੜ੍ਹੀ ਜਿਹੀ ਅਸੀਂ ਰੈਸਟ ਕੀਤੀ ਹੈ ਘਰ ਅਤੇ ਹੁਣ ਅਸੀਂ ਦੁਬਾਰਾ ਜਾ ਰਹੇ ਹਾਂ ਜੀ ਵੋਲਵਰਹੈਂਪਟਨ ਗੁਰਦੁਆਰਾ ਸਾਹਿਬ ਸੋਰੀ ਤੁਹਾਨੂੰ ਧੁੱਪ ਥੋੜ੍ਹੀ ਜਿਹੀ ਉੱਪਰ ਥੱਲੇ ਅੱਧੀ ਲਾਈਟ ਮੂੰਹ 'ਤੇ ਪੈ ਰਹੀ ਹੈ ਅੱਧੀ ਲਾਈਟ ਨਹੀਂ ਪੈ ਰਹੀ ਅੱਧੀ ਪੈ ਰਹੀ ਹੈ ਸੋ ਉਹਦੇ ਲਈ ਮਾਫ਼ੀ ਕੋਈ ਨਹੀਂ ਇੱਦਾਂ ਹੀ ਸਹੀ ਹੈ ਸੋ ਜੀ ਹਾਂ ਸੋ ਅਸੀਂ ਜਾ ਰਹੇ ਹਾਂ ਜੀ ਹੁਣ ਵੋਲਵਰਹੈਂਪਟਨ ਮਹਾਰਾਜ ਕਿਰਪਾ ਕਰਨ ਸਾਡੇ ਕੋਲ ਟਾਈਮ ਹੈਗਾ ਅੱਜ ਖੁੱਲ੍ਹਾ ਅਸੀਂ ਘਰੋਂ ਨਿਕਲੇ ਸੀ ਨਾ ਜਦੋਂ ਅਤੇ ਹਾਂ ਮੈਸੇਜ ਆਇਆ ਕਿ ਥੋੜ੍ਹਾ ਜਿਹਾ ਕੀਰਤਨ ਲੇਟ ਚੱਲ ਰਿਹਾ ਅੱਧਾ ਘੰਟਾ ਸਮਾਂ ਲੇਟ ਹੈ ਮੈਂ ਕਿਹਾ ਹੁਣ ਨਿਕਲਦਾ ਪਏ ਹਾਂ ਹੁਣ ਕੋਈ ਨਹੀਂ ਹੌਲੀ ਹੌਲੀ ਆਰਾਮ ਨਾਲ ਸੁਧੇ ਸੁਧੇ ਪਹੁੰਚਦੇ ਹਾਂ ਕਾਹਲੀ ਵਾਲਾ ਕੰਮ ਨਾ ਕਰੀਏ ਜਦੋਂ ਕਾਹਲੀ ਹੁੰਦੀ ਫਿਰ ਗੱਡੀ ਥੋੜ੍ਹੀ ਜਿਹੀ ਤੇਜ਼ ਵੀ ਚਲਾਉਣੀ ਪੈਂਦੀ ਹੈ ਸੋ ਟਾਈਮ ਹੈਗਾ ਹੁਣ 10-20 ਦੀ ਸਪੀਡ ਘੱਟ ਵੀ ਰੱਖਾਂਗੇ ਤਾਂ ਚੱਲੇਗਾ ਚਲੋ ਜੀ ਚੱਲਦੇ ਹਾਂ ਸੇਵਾ ਨਿਭਾਉਂਦੇ ਹੋਏ ਕਾਰ ਦੀ ਲਓ ਜੀ ਪਹੁੰਚ ਗਏ ਹਾਂ ਜੀ ਅਸੀਂ ਗੁਰਦੁਆਰਾ ਸਾਹਿਬ ਅਤੇ ਹੁਣ ਅਸੀਂ ਅੰਦਰ ਜਾ ਰਹੇ ਹਾਂ ਕੀਰਤਨ ਕਰਨ ਲਈ ਸਾਹਮਣੇ ਗੁਰਦੁਆਰਾ ਸਾਹਿਬ ਪਿੱਛੇ ਤੁਸੀਂ ਦੇਖ ਸਕਦੇ ਹੋ ਆਹੋ ਸਾਹਮਣੇ ਜੀ ਸ਼ਾਮ ਦਾ ਕੀਰਤਨ ਹੋ ਗਿਆ ਹੈ ਅਤੇ ਹੁਣ ਇੱਕ ਵੀਰ ਨੇ ਸਾਡੇ ਬੜੇ ਪਿਆਰ ਵਾਲੇ ਰਮਨੀਕ ਵੀਰ ਜੀ ਅਤੇ ਉਹ ਸਾਨੂੰ ਲੈ ਕੇ ਆਏ ਆ ਇੱਥੇ ਕਹਿੰਦੇ ਤੁਹਾਨੂੰ ਇਟਾਲੀਅਨ ਕੁਛ ਪੀਜ਼ਾ ਵਗੈਰਾ ਛਕਾਉਣਾ ਆ ਅਤੇ ਆ ਜਾਓ ਚੱਲਦੇ ਹਾਂ ਜੀ ਇੱਧਰ ਦੇਖੋ ਤੁਸੀਂ ਫੋਟੋ ਸਟੇਸ਼ਨ ਹਰ ਵਾਰ ਦੀ ਤਰ੍ਹਾਂ ਇੱਥੇ ਵੀ ਆਹ ਫਰੇਮ ਦੇਖੋ ਜੀ ਅੱਛਾ ਸੋਇਆ ਦੇ ਨਾਲ ਡਿਫਰੈਂਟ ਕੰਬੀਨੇਸ਼ਨ ਨਾਈਸ ਲਓ ਜੀ ਖਾਂਦੇ ਖਾਂਦੇ ਤੁਹਾਨੂੰ ਫਰਾਈਜ਼ ਦਿਖਾਏ ਸੀਗੇ ਆ ਬਰੰਚੀ ਫਰਾਈਜ਼ ਵਿਦ ਸੋਇਆ ਆਹ ਦੇਖੋ ਪਲੇਟ ਰੈਡੀ ਵਾਹ ਚਲੋ ਜੀ ਨਿਕਲ ਪਏ ਹੋਏ ਹਾਂ ਜੀ ਆਪਾਂ
ਘਰ ਹੁਣ ਜਾ ਰਹੇ ਹਾਂ ਵਾਪਸ ਜੀ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਆਹ ਲਾਈਟ ਜਗਾ ਕੇ ਦੇਖੀਏ ਜਗਦੀ ਕਿ ਨਹੀਂ ਜਗਦੀ ਹੈ, ਪਰ ਉਹ ਹਨੇਰਾ ਹੀ ਹੈ। ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਅਤੇ ਫਿਰ ਮਿਲਦੇ ਹਾਂ ਜੀ ਆਪਾਂ ਅਗਲੇ ਨਵੇਂ ਵਲੌਗ ਦੇ ਵਿੱਚ। ਇਸ ਵਕਤ ਲਈ ਇਤਨੀ ਹਾਜ਼ਰੀ ਸਾਡੀ ਪ੍ਰਵਾਨ ਕਰਿਓ ਜੀ, ਹਨੇਰਾ ਪੈ ਗਿਆ। ਅਤੇ ਬਾਕੀ ਅਗਲੇ ਜੋ ਵੀ ਅਪਡੇਟ ਹੋਏਗੀ ਉਹ ਆਪ ਜੀ ਨੂੰ ਦੇਵਾਂਗੇ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।